ਤਰਨਤਾਰਨ ਦੇ ਨਜ਼ਦੀਕੀ ਪਿੰਡ ਚਵਾਲ ਵਿਖੇ ਕੱਪੜੇ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ। ਜਦੋਂ ਅੱਗ ਲੱਗੀ ਤਾਂ ਚਵਾਲ ਕਸਬੇ ਦੇ ਲੋਕ ਭਾਰੀ ਗਿਣਤੀ ਵਿੱਚ ਇਕੱਠੇ ਹੋ ਗਏ ਤੇ ਅੱਗ ਦੇ ਉੱਤੇ ਕਾਬੂ ਪਾਉਣ ਲੱਗ ਪਏ। ਹੁਣ ਤੁਸੀਂ ਵੀਡੀਓ ਜ਼ਰੀਏ ਵੇਖ ਸਕਦੇ ਹੋ ਕਿ ਲੋਕ ਬਾਲਟੀਆਂ ਦੀ ਮਦਦ ਦੇ ਨਾਲ ਪਾਣੀ ਭਰ ਭਰ ਕੇ ਅੱਗ ਦੇ ਉੱਤੇ ਪਾ ਰਹੇ ਨੇ। ਇੰਨਾ ਹੀ ਨਹੀਂ, ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਰੇਤੇ ਦਾ ਇਸਤੇਮਾਲ ਵੀ ਕੀਤਾ ਜਾ ਰਿਹਾ, ਪਰ ਅੱਗ ਦੇ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ। ਹੁਣ ਗੱਲ ਕਰਦੇ ਹਾਂ ਫਾਇਰ ਬ੍ਰਿਗੇਡ ਦੀ ਗੱਡੀ ਦੀ। ਲੋਕਾਂ ਨੇ ਫੋਨ ਕਰਕੇ ਤਰਨ ਤਾਰਨ ਦੇ ਪ੍ਰਸ਼ਾਸਨ ਨੂੰ ਫਾਇਰ ਬ੍ਰਿਗੇਡ ਗੱਡੀ ਦੇ ਲਈ ਕਿਹਾ ਤਾਂ ਉਹਨਾਂ ਵੱਲੋਂ ਜਵਾਬ ਆਇਆ ਕਿ ਅੱਗ ਹੋਰ ਵੀ ਕਿਸੇ ਪਿੰਡ ਦੇ ਵਿੱਚ ਲੱਗੀ ਹੋਈ ਹੈ ਤੇ ਗੱਡੀ ਉਸ ਪਾਸੇ ਨੂੰ ਗਈ ਹੋਈ ਹੈ। ਬਾਬਾ ਬੁੱਢਾ ਸਾਹਿਬ ਦੀਆਂ ਗੱਡੀਆਂ ਆਈਆਂ ਨੇ, ਪਾਣੀ ਦੀ ਵਰਤੋਂ ਕੀਤੀ ਗਈ। ਸ਼੍ਰੀ ਅੰਮ੍ਰਿਤਸਰ ਤੇ ਫਾਇਰ ਬ੍ਰਿਗੇਡ ਗੱਡੀ ਆ ਗਈ, ਪਰ ਉਸ ਦੇ ਵਿੱਚ ਪਾਣੀ ਥੋੜਾ ਹੋਣ ਦੇ ਕਾਰਨ ਦੂਜੀ ਗੱਡੀ ਦਾ ਪਾਣੀ ਉਸ ਦੇ ਵਿੱਚ ਪਾਉਣਾ ਪਿਆ। ਤਰਨ ਤਾਰਨ ਦੀ ਫਾਇਰ ਬ੍ਰਿਗੇਡ ਗੱਡੀ ਉਸ ਵੇਲੇ ਪਹੁੰਚੀ ਜਦੋਂ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਸੀ। ਸਰਕਾਰੀ ਤੰਤਰ ਦੇ ਵਿੱਚ ਇਸ ਤਰ੍ਹਾਂ ਦੀਆਂ ਤਰੁੱਟੀਆਂ ਦੇ ਕਾਰਨ ਆਮ ਹੀ ਲੋਕਾਂ ਨੂੰ ਭਾਰੀ ਨੁਕਸਾਨ ਦਾ ਖਾਮਿਆਜ਼ਾ ਭੁਗਤਣਾ ਪੈਂਦਾ ਹੈ। ਜ਼ਰੂਰਤ ਹੈ ਇਹਨਾਂ ਤਰੁੱਟੀਆਂ ਨੂੰ ਦੂਰ ਕਰਨ ਦੀ ਤਾਂ ਕਿ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਨਿਜ਼ਾਤ ਮਿਲ ਸਕੇ। ਸਾਡੀ ਮੇਰਾ ਗੁਰਦੇਵ ਸਿੰਘ ਰਿੰਕੂ ਸ਼ੀਨਾ ਮੇਰਾ ਨਾਂ ਹੈ ਜੀ। ਅਟਾਰੀ ਰੋਡ ਤੇ ਮੇਰੀ ਕਰਿਆਨੇ ਦੀ ਦੁਕਾਨ ਆ। ਅਸੀਂ ਬਾਹਰ ਖੜੋਤੇ, ਸਾਡੇ ਵਹਿੰਦੇ ਵਹਿੰਦੇ ਅਟਾਰੀ ਰੋਡ ਤੇ BS ਟੇਲਰ ਦੀ ਦੁਕਾਨ ਨੂੰ ਅੱਗ ਲੱਗੀ ਆ। ਅਸੀਂ ਦਵਦਾ ਬੋਸੇ ਵਾਲੇ ਥਾਣੇ ਫੋਨ ਕੀਤਾ SHO ਨੂੰ, SHO ਨੇ ਗਾਂ ਫੋਨ ਕੀਤਾ। ਅਸੀਂ 5 ਮਿੰਟ ਬਾਅਦ ਫਿਰ ਕੀਤਾ, ਕਹਿੰਦੇ ਤਰਨ ਤਾਰਨ ਲੋਕ ਕੇ ਅੱਗ ਲੱਗੀ, ਗੱਡੀ ਨਹੀਂ ਹੈਗੀ। ਅਸੀਂ ਕਿਹਾ ਸਾਨੂੰ ਅਰੇਂਜਮੈਂਟ ਕਰਾਓ ਪਾਣੀ ਦਾ, ਉਹ ਕਹਿੰਦੇ ਜੀ ਅੰਮ੍ਰਿਤਸਰ ਵੀ ਅੱਗ ਲੱਗੀ, ਉੱਥੇ ਵੀ ਗੱਡੀ ਨਹੀਂ ਹੈਗੀ। ਅਸੀਂ ਆਪਣੇ ਬੇਟੇ ਨੂੰ ਮੈਂ ਰੂਬਲ ਨੂੰ ਭੇਜਿਆ, ਮੈਨੇਜਰ ਬਾਬੇ ਬੁੱਢੇ ਸਾਹਿਬ ਵਾਲੇ ਲਾਟੀ ਵਾਲ, ਉਹਨੂੰ ਨਾਲ ਲੈ ਗਏ। ਬਾਬੇ ਬੁੱਢੇ ਪਾਣੀ ਦੇ ਟੈਂਕ ਲੈ ਗਏ ਆਏ ਦੋ, ਸਭ ਤੋਂ ਪਹਿਲਾਂ ਪਾਣੀ ਦੇ ਟੈਂਕ ਮੈਨੇਜਰ ਸਾਹਿਬ ਬਾਬੇ ਬੁੱਢੇ ਵਾਲੇ, ਨਾਲ ਲਾਟੀ ਮੈਨੇਜਰ, ਉਹ ਉਹਨਾਂ ਨੇ ਅੱਗ ਦੇ ਕਾਬੂ ਪਾਉਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਜਦੋਂ ਸੜਕੇ ਸਵਾਹ ਹੋ ਗਈ ਆ, ਉਦੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਵਾ। ਨਾ ਸਾਡਾ ਫੋਨ MLA ਸਾਹਿਬ ਤਰਨ ਤਾਰਨ ਵਾਲੇ ਨੇ ਵੀ ਨਹੀਂ ਚੁੱਕਿਆ। ਅੱਡਾ ਚਬਾਲ ਸੜਕੇ ਸਵਾਹ ਹੋ ਚੱਲਿਆ ਸੀ, ਸਹੀ ਉਸੇ ਟਾਈਮ ਮੈਂ MLA ਸਾਹਿਬ ਨੂੰ ਫੋਨ ਕੀਤਾ ਤਰਨ ਤਾਰਨ, ਸਾਡਾ ਫੋਨ ਨਹੀਂ ਚੁੱਕਿਆ ਉਹਨਾਂ ਨੇ। ਡਾਕਟਰ ਅਗਨੀਹੋਤਰੀ ਨੇ ਸਾਡਾ ਫੋਨ ਨਹੀਂ ਚੁੱਕਿਆ। ਅਸੀਂ ਸਿਰਫ ਇਹੋ ਕਹਿਣਾ ਕਿ ਸਾਡੇ ਪਾਣੀ ਦਾ ਅਰੇਂਜਮੈਂਟ ਕਰਾ ਦਿਓ, ਪਾਣੀ ਦੀ ਗੱਡੀ ਭੇਜ ਦਿਓ, ਸਾਡਾ ਫੋਨ ਨਹੀਂ ਚੁੱਕਿਆ ਕਿਸੇ ਨੇ ਵੀ। ਅਸੀਂ ਬਾਕੀ ਦੁਕਾਨਾਂ ਬਚਾਉਂਦੇ ਕਿ ਬਾਕੀ ਦੁਕਾਨਾਂ ਨੂੰ ਅੱਗ ਨਾ ਲੱਗ ਜੇ। ਕਿੰਨਾ ਨੁਕਸਾਨ ਹੋਇਆ ਸਰ? ਸਾਰੀ ਦੁਕਾਨ ਸੜ ਕੇ ਸਵਾਹ ਹੋ ਗਈ ਆ। ਉਦੋਂ ਦੂਜੀ ਦੁਕਾਨ ਤੇ ਲੱਗੀ ਆ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਵਾ, ਜਦੋਂ ਸੜ ਕੇ ਸਵਾਹ ਹੋ ਗਈਆਂ ਸਾਰੀਆਂ ਦੁਕਾਨਾਂ। ਉਹ ਪਾਣੀ ਆ ਗਿਆ, ਹੋਰ ਇੱਧਰ ਅੱਗੇ ਆ ਜਾਓ। ਵੇਖੋ ਜੀ, ਅੱਗ ਤੇ ਲੱਗੀ ਆ, ਕਿਸਾਨ ਚੱਕਣਾ, ਪਰ ਨਕੰਮੀ ਸਰਕਾਰ ਆ। 2 ਘੰਟੇ ਵਿੱਚ ਅੱਗ ਲੱਗੀ ਨੂੰ ਕੋਈ ਆਈ ਤਾਂ ਫਾਇਰ ਬ੍ਰਿਗੇਡ ਨਹੀਂ ਆਇਆ, ਤੇ ਸਾਡਾ ਵੇਖੋ ਸਾਡੇ ਦੁਕਾਨਦਾਰ ਭਰਾਵਾਂ ਦਾ ਕੀ ਨੁਕਸਾਨ ਹੋਣ ਡਿਆ। ਭਾਜੀ ਅਜੇ ਦੇਖ ਲੱਗੀ, ਹੋਰ ਲੱਗਣ ਦੀ ਸੰਭਾਵਨਾ ਵਾ, ਪਰ ਸਾਡਾ ਵੇਖੋ MLA ਕਿਸ ਦਾ ਵਿਧਾਇਕ, ਉਹ ਫੋਨ ਨਹੀਂ ਚੁੱਕਣਾ ਲੋਕਾਂ ਦੇ। ਕਿੱਡੀ ਮਾੜੀ ਗੱਲ ਵੇਖੋ, ਬਹੁਤ ਮਾੜੀ ਘਟਨਾ ਹੋਣ ਡਈ, ਪਰ ਕੀ ਹਮਦਰਦੀ ਇਹ ਬੰਦੇ ਨੂੰ ਦੱਸੋ। ਕੱਪੜੇ ਦਾ ਕੰਮ ਵੀ ਬਹੁਤ ਵਧੀਆ, BS ਭਾਈ ਸਾਡੇ ਬੜੇ ਸ਼ਾਨਦਾਰ ਅੱਡੇ ਦੇ ਬੰਦੇ ਨੇ, ਬਹੁਤ ਸਿਆਣੇ ਬੰਦੇ ਨੇ, ਬੜੇ ਭਲੇਵਾਂ ਸ਼ਰੀਫ ਬੰਦੇ ਨੇ, ਪਰ ਉਹਨਾਂ ਦੇਖੋ ਉਹਨਾਂ ਕੋਈ ਸਾਥ ਹੀ ਕੋਈ ਦੇਣ ਡਿਆ। ਗੱਡੀ ਸਵਾਹ ਦਿੱਤੀ ਜਾ ਰਹੀ, ਗੱਡੀ ਤਾਂ ਆਈ ਕੋਈ ਨਹੀਂ, 2 ਘੰਟੇ ਦੇ ਫੋਨ ਕਾਂਡਿਆਂ ਨੂੰ ਕੋਈ ਗੱਡੀ ਨਹੀਂ ਆਈ। ਕੋਈ ਇੱਥੇ ਗੱਡੀ ਨਹੀਂ ਆਈ, ਨਾ MLA ਫੋਨ ਚੁੱਕਣੇ, ਹਲਕਾ ਵਧਾਇਕ ਫੋਨ ਨਹੀਂ ਚੁੱਕਣਾ, ਤੁਸੀਂ ਕਾਂਗਰਸ ਦਾ ਵਧਾਇਕ ਇੱਥੇ ਜਿਹੜਾ ਗਰਕਾ ਕਰਦਾ, ਸਾਰੇ ਦੁਕਾਨ ਹੋਰ ਬੈਠੇ ਆ। ਅਸੀਂ ਮੌਕੇ ਤੇ ਮੈਂ ਕੀਤਾ ਫੋਨ ਨਗਰ ਕੌਂਸਲ ਤਰਨ ਤਾਰਨ, ਉਹ ਤੋਂ ਬਾਅਦ ADM ਸਾਹਿਬ ਨੂੰ ਕੀਤਾ ਜੀ, ਫਿਰ ਪੱਟੀ ਵਾਲਿਆਂ ਨੂੰ ਕੀਤਾ, ਠੀਕ ਹੈ ਜੀ, ਕੋਈ ਨਹੀਂ ਇੱਥੇ ਵੱਲਦਾ, ਅੰਮ੍ਰਿਤਸਰ ਵੀ ਕੀਤਾ ਨਾਲ ਕਾਰਪੋਰੇਸ਼ਨ ਦੇ ਵਿੱਚ। ਸਰ ਮਾੜੀ ਅੱਗ ਲੱਗੀ, ਚੰਗਿਆੲਾ ਨਿਕਲਿਆ ਤੋਂ ਬਾਅਦ ਅੱਗ ਲੱਗ ਗਈ, 1 ਮਿੰਟ ਦੇ ਵਿੱਚ। ਕੱਪੜੇ ਦੁਕਾਨ ਹੈ ਜੀ, ਚੰਗਿਆੜਾ ਕਿੱਥੋਂ ਲੱਗਾ ਬੰਦਾ? ਇੱਥੋਂ ਬਾਹਰੋਂ ਸ਼ਟਰ ਤੋਂ ਲੱਗਾ ਜੀ, 1 ਮਿੰਟ ਤੋਂ ਪਹਿਲਾਂ 10 ਸਕਿੰਟਾਂ ਵਿੱਚ ਅੱਗ ਲੱਗ ਗਈ ਹੈ। ਤੁਸੀਂ ਕਿਹੜੇ ਕਿਹੜੇ ਪ੍ਰਸ਼ਾਸਨ ਨੂੰ ਫੋਨ ਕੀਤਾ? ਸਰ ਬਿਨਾਂ ਤਰਨ ਦਾ ਕੀਤਾ ਨਗਰ ਕੌਂਸਲ ਦਫ਼ਤਰ ਦੇ ਵਿੱਚ, ਠੀਕ ਹੈ, ਉਹਨਾਂ ਨੰਬਰ ਦਿੱਤਾ ਫਾਇਰ ਬ੍ਰਿਗੇਡ ਵਾਲਿਆਂ ਨੂੰ, ਉਹਨਾਂ ਕੀਤਾ, ਉਹਨਾਂ ਗੱਡੀ ਸਾਡੀ ਲੋਕੇ ਆ, ADM ਸਾਹਿਬ ਖਲੋਤੇ, ਅਸੀਂ ਲਿਆ ਨਹੀਂ ਸਕਦੇ ਗੱਡੀਆਂ, 3 ਖਲੋਤੀਆਂ ਲੋਕੇ। ਕੋਈ ਨਹੀਂ ਆਇਆ, ਅੰਮ੍ਰਿਤਸਰ ਫੋਨ ਕੀਤਾ ਸਰ, ਹਾਰ ਕੇ ਕਾਰਪੋਰੇਸ਼ਨ ਦੇ ਵਿੱਚ, ਉਹ ਵੀ ਕਹਿੰਦੇ ਗੱਡੀਆਂ ਨਹੀਂ ਹੈਗੀਆਂ, ਗੱਡੀਆਂ ਸਾਰੀ ਅੱਗ ਲੱਗੀ ਉੱਥੇ ਗਈਆਂ, ਠੀਕ ਹੈ, ਹੁਣ ਆਖੀ ਕਹਿੰਦੇ ਕੀ ਬਣਾ ਗਈ ਗੱਡੀ ਸਰ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ।